ਪਹਿਲਾਂ ਤਾਸ਼ ਖੇਡਦੇ ਸ਼ਖਸ ਨੂੰ ਘਰ ਬੁਲਾਇਆ, ਫਿਰ 7-8 ਗੁਆਂਢੀਆਂ ਨੇ ਸਣੇ ਬੀਬੀਆਂ ਉਸ ਤੇ ਹਮਲਾ ਕੀਤਾ। ਹਾਲੇ ਘਰ ਵੜਨ ਹੀ ਲੱਗਾ ਸੀ, ਇੰਨੇ ਨੂੰ ਧਾਵਾ ਬੋਲ ਦਿੱਤਾ। ਸੱਟਾਂ ਇੰਨੀਆਂ ਕੁ ਮਾਰੀਆਂ ਕਿ 35 ਸਾਲ ਦੇ ਸ਼ਖਸ ਦੀ ਮੌਤ ਹੋ ਗਈ। ਡੰਡਿਆਂ, ਕੁਹਾੜੀਆਂ ਤੇ ਹੋਰ ਭਾਰੀ ਚੀਜ਼ਾਂ ਦੇ ਨਾਲ ਨਰੇਸ਼ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ 10 ਲੋਕਾਂ ਦੇ ਖਿਲਾਫ ਪਰਚਾ ਦਰਜ ਕੀਤਾ, ਜਿਨ੍ਹਾਂ ਦੇ ਵਿੱਚ ਔਰਤਾਂ ਵੀ ਸ਼ਾਮਲ ਨੇ। ਮਾਮਲਾ ਮੂਣਕ ਦੇ ਨਜ਼ਦੀਕੀ ਪੈਂਦੇ ਪਿੰਡ ਬਨਾਰਸੀ ਤੋਂ ਸਾਹਮਣੇ ਆਇਆ। ਜ਼ਖਮੀ ਸ਼ਖਸ ਨੂੰ ਪਹਿਲਾਂ ਖਨੌਰੀ ਦੇ ਨਿੱਜੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮੂਣਕ ਹਸਪਤਾਲ ਰੈਫਰ ਕੀਤਾ। ਫਿਰ ਉੱਥੇ ਜਾ ਕੇ ਉਸਦੀ ਮੌਤ ਹੋ ਗਈ। ਹਾਲੇ ਤੱਕ ਕਾਤਲਾਂ ਦੀ ਗ੍ਰਿਫਤਾਰੀ ਨਹੀਂ ਹੋਈ, ਨਾ ਹੀ ਕਤਲ ਦੇ ਅਸਲੀ ਕਾਰਨਾਂ ਦਾ ਪਤਾ ਲੱਗ ਸਕਿਆ। ਬਸ ਇੰਨਾ ਕੁ ਪਤਾ ਲੱਗਾ ਕਿ ਘਰ ਦੇ ਵਿੱਚ ਵੜ ਕੇ ਗੁਆਂਢੀਆਂ ਨੇ ਨਰੇਸ਼ ਦਾ ਕਤਲ ਕੀਤਾ। ਮ੍ਰਿਤਕ ਦੀ ਇੱਕ ਬੇਟੀ ਵੀ ਹੈ ਜੋ ਪਹਿਲਾਂ ਹੀ ਬਿਮਾਰ ਹੈ। ਪੀੜਤ ਪਰਿਵਾਰ ਦੇ ਵੱਲੋਂ ਜਿੱਥੇ ਇਨਸਾਫ ਦੀ ਮੰਗ ਕੀਤੀ ਗਈ, ਉੱਥੇ ਹੀ ਕਾਤਲਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਗਈ। ਤੇ ਮੇਰੇ ਬ੍ਰਦਰ ਜੀ ਇਹਨਾਂ ਨੇ ਮੱਥ ਕੇ ਡੈਥ ਕਰਤੀ। ਤੇ ਸੰਦੀਪ ਕਿਸ ਤਰ੍ਹਾਂ ਹੋਇਆ, ਕਿਸ ਚੀਜ਼ ਨਾਲ ਹੋਇਆ? ਅਸੀਂ ਤਾਂ ਬਾਹਰ ਸੀ ਜੀ, ਸਾਨੂੰ ਨੀ ਪਤਾ ਲੇਡੀਜ਼ਾਂ ਦਾ ਫੋਨ ਆਇਆ ਕਿ ਐਂ ਕਰਕੇ ਆਹ ਗੱਲ ਹੋ ਗਈ ਵੀ ਇਹ 6-7 ਮੁੰਡੇ ਨੇ, ਬਾਪ ਆ ਉਹਨਾਂ ਦਾ ਤੇ 3 ਲੇਡੀਜ਼ਾਂ ਨੇ ਵੀ ਐਂ ਕਰਕੇ। ਨਹੀਂ, ਬੋਡੀ ਤੋਂ ਲੱਗਦਾ ਹੋਊਗਾ ਕਿਸ ਚੀਜ਼ ਨਾਲ ਮਾਰਿਆ ਗਿਆ। ਨਹੀਂ, ਉਹ ਤਾਂ ਕਹਿ ਰਹੇ ਨੇ ਵੀ ਲੱਠ ਲੈ ਰਹੇ ਸੀ ਸਾਰੇ। ਕਿਉਂ ਇਹ ਝੰਜਟ ਕਿਉਂ ਪੈਦਾ ਹੋ ਗਿਆ? ਝੰਜਟ ਦਾ ਕੁਛ ਵੀ ਨਹੀਂ, ਵਧੀਆ ਬੋਲ ਚਾਲ ਸੀ ਜੀ ਉਹਨਾਂ ਨਾਲ, ਕੋਈ ਲੜਾਈ ਮਸਲਾ ਨਹੀਂ ਸੀ। ਪਰਸੋਂ 4-5 ਦਿਨ ਪਹਿਲਾਂ ਕਹਿੰਦੇ ਕੋਈ ਮਕਾਨ ਦਾ ਸੌਦਾ ਕਰਾਇਆ ਸੀ ਨਾ ਮੇਰੇ ਬ੍ਰਦਰ ਨੇ, ਤੇ ਉਹਨਾਂ ਨੇ ਲੈ ਲਿਆ ਸੀ। ਇਹਨੇ ਕਹਿਤਾ ਹੁਣ ਵੀ ਅਸੀਂ ਲਵਾਂਗੇ, ਵੀ ਤੈਨੂੰ ਕਿਵੇਂ ਕੀ ਸਿਸਟਮ ਦੀ। ਬਸ ਇਹ ਮੇਨ ਮੁੱਦਾ ਹੀ ਹੈ ਜੀ, ਇਹਨਾਂ ਨੇ ਬਹਿਸ ਕੱਢੀ ਆ। ਤਾਸ਼ ਖੇਡ ਰਿਹਾ ਸੀ ਮੁੰਡਾ, ਤਾਸ਼ ਖੇਡਦੇ ਖੇਡਦੇ ਫੋਨ ਕਰਕੇ ਬੁਲਾਇਆ ਵੀ ਐਂ ਕਰਕੇ ਉਰੇ ਆ ਜਾ, ਤੇ ਅੰਦਰ ਵੜਨ ਲੱਗਿਆ ਸਾਡੇ ਘਰੇ। ਪਹਿਲਾਂ ਖਿੱਚ ਲਿਆ ਗਲੀ 'ਚ, ਫਿਰ ਉਹ ਅੰਦਰ ਵੜ ਗਿਆ ਡਰਦਾ, ਵਿੱਚ ਕਈ ਮੁੰਡੇ ਨੇ ਇਹ ਅੰਦਰ ਵੜ ਕੇ ਮਾਰਿਆ। ਮਤਲਬ ਮ੍ਰਿਤਕ ਦਾ ਨਾਮ ਕੀ ਸੀ? ਨਰੇਸ਼ ਕੁਮਾਰ ਜੀ। ਕਿੰਨੀ ਕੁ ਉਮਰ ਸੀ ਇਹਦੀ? ਇਹਦੀ ਹੈਗੀ ਜੀ 34-35 ਸਾਲ। ਕੋਈ ਆਈਡੀਆ ਕਿ ਮਾਰਨ ਵਾਲਿਆਂ ਦੇ ਵਿੱਚ ਕੌਣ ਕੌਣ ਨਾਮ ਨੇ? ਨਾਮ ਸਾਰਿਆਂ ਦੇ ਪਤਾ ਜੀ ਮੈਨੂੰ। ਕੀ ਕੀ ਨਾਮ? ਰਾਮਪਾਲ ਹੈ ਜੀ, ਰਕੇਸ਼ ਉਹਦਾ ਮੁੰਡਾ ਹੈ, ਸੰਦੀਪ ਕਾਲਾ ਕਹਿੰਦੇ ਨੇ, ਤੇ ਉਹਦਾ ਬ੍ਰਦਰ ਹੈ ਦੀਪੂ, ਤੇ ਪ੍ਰਵੀਨ ਹੈ ਜੀ, ਸੋਕੀ ਹੈ। ਇਹ ਸਾਰੇ ਹੈ ਕਿੱਥੋਂ ਦੇ ਸੀ? ਬਨਾਰਸੀ ਦੇ ਨੇ ਜੀ, ਤੇ ਉਹਨਾਂ ਦੀ ਮਾਸੀ ਹੈ ਰਾਜਕਲੀ, ਤੇ ਮੁਕੇਸ਼ ਹੈ ਉਹਨਾਂ ਦੀ ਵਾਈਫ ਹੈ ਜੀ। ਕੀ ਚਾਹੁੰਦੇ ਹੋ ਤੁਸੀਂ? ਅਸੀਂ ਇਨਸਾਫ ਚਾਹੁੰਦੇ ਆ ਜੀ, ਬੰਦਾ ਸਾਡਾ ਗਿਆ ਜੀ, ਸਾਨੂੰ ਇਨਸਾਫ ਦਿਲਾਓ। ਅਸੀਂ ਗਰੀਬ ਬੰਦੇ, ਦਿਹਾੜੀਦਾਰ ਬੰਦੇ ਆ, ਤੇ ਜਿਹੜੀ ਕੱਲ ਨੂੰ ਮ੍ਰਿਤਕ ਦੀ ਕੁੜੀ ਹੈ ਜੀ, ਉਹ ਵੀ ਬਿਮਾਰ ਹੈ, ਕੱਲ ਨੂੰ ਉਹਦਾ ਆਪਰੇਸ਼ਨ ਹੋਣਾ ਜੀ ਦੁਬਾਰੇ, ਉਹਨੂੰ ਲੈ ਕੇ ਜਾਣ ਦੀ ਤਿਆਰੀ ਸੀ ਸਾਡੀ। ਇਸ ਸੰਬੰਧੀ ਤੁਸੀਂ ਪੁਲਿਸ ਤੋਂ ਨਹੀਂ ਮਿਲੇ? ਪੁਲਿਸ ਨੂੰ ਜੀ ਪਹਿਲਾਂ ਤਾਂ ਗਏ ਸੀ, ਮੈਂ ਤਾਂ ਹੈ ਨਹੀਂ ਤੇ ਮੌਕੇ ਤੇ, ਬ੍ਰਦਰ ਗਏ ਸੀ, ਇਹ ਕਹਿੰਦੇ ਵੀ ਇਹਨਾਂ ਦੀ ਜਾਨ ਬਚਾਓ, ਕਹਿੰਦਾ ਫਿਰ ਦੇਖਦੇ ਹਾਂ ਅਗਲੀ ਕਾਰਵਾਈ ਤਾਂ ਫਿਰ ਕਰਾਂਗੇ। ਹਾਂਜੀ, ਖਨੌਰੀ ਚ ਗਏ ਸੀ, ਮੈਂ ਤਾਂ ਹੈ ਨਹੀਂ, ਬ੍ਰਦਰ ਗਏ ਹੋਣੇ ਲਾਲ ਲੈ ਕੇ ਉਹਨਾਂ ਨੂੰ, ਨਰੇਸ਼ ਨੂੰ ਜਿਹਦੇ ਸੱਟ ਲੱਗ ਰਹੀ ਸੀ, ਬਾਅਦ 'ਚ ਵੀ ਕਹਿੰਦੇ ਵੀ ਇਹਨਾਂ ਦੀ ਜਾਨ ਬਚਾਓ, ਇਹ ਡਾਕਟਰ ਦੇ ਲੈ ਕੇ ਜਾਓ, ਫਿਰ ਬਣਦੀ ਕਰਵਾਈ ਫਿਰ ਕਰਾਂ ਜੀ। ਕੋਈ ਬਾਤ ਨਹੀਂ ਥੀ, ਕੋਈ ਗੱਲ ਨਹੀਂ ਥੀ, ਬਸ ਫੋਨ ਕਰਕੇ ਕਹਾਂ ਬੁਲਾਇਆ ਹੈ, ਫੋਨ ਕਰਕੇ ਬੁਲਾਇਆ ਹੈ। ਔਰ ਫਿਰ ਮੈਂ ਐਮਐਲਏ ਮੀਟਿੰਗ ਬਣਾਏ ਬੈਠੇ ਥੇ, ਕਿਸੇ ਕੋ ਵੀ ਪਤਾ ਕੌਣ ਥਾ, ਕੋਈ ਅੜੋਸ ਮੈਂ ਪੜੋਸ ਮੈਂ ਕੋਈ ਵੀ ਨਹੀਂ ਥਾ, ਮਾਰਾ ਘਰ ਪੇ ਵੀ ਕੋਈ ਨਹੀਂ ਥਾ, ਇੱਕ ਬਸ ਇਸਕੀ ਜਨਾਨੀ ਜਨਾਨੀ ਥੀ, ਚਾਹੇ ਬੱਚੇ ਥੇ। ਔਰ ਏਕਦਮ ਐ ਕਹਿਣਾ ਮਾਰ ਕੁੱਟ ਲੈ ਗਏ 4-5 ਆਦਮੀ ਪਿੱਛੇ, ਤੈ ਕੋਈ ਗੱਲਬਾਤ ਨਹੀਂ ਥੀ ਜੀ, ਆਲਤੀ ਤੋਂ ਕੋਈ ਬਾਤ ਨਹੀਂ ਥੀ, ਕੋਈ ਚੀਤ ਨਹੀਂ ਥੀ, ਕੋਈ ਕੁਛ ਨਹੀਂ, ਨਹੀਂ ਨਹੀਂ ਕੋਈ ਬਾਤ ਚੀਤ ਨਹੀਂ ਥੀ। ਜਿਨ੍ਹਾਂ ਨੇ ਕੁੱਟਮਾਰ ਕਰੀ ਹੈ, ਜਿਨ੍ਹਾਂ ਨੇ ਮਾਰਿਆ ਵਾ, ਇਹਨਾਂ ਬੰਦੇ ਦਾ ਨਾਮ ਜਾਣਦੇ ਹੋ? ਕੌਣ ਕੌਣ? ਹਾਂਜੀ, ਕੀ ਨਾਮ ਨੇ? ਇੱਕ ਕਾਲਾ, ਦੀਪੂ,
ਰਾਕੇਸ਼, ਸੋਕੀ, ਪ੍ਰਵੀਨ, ਰਾਮਪਾਲ, ਫੂਲ ਕੀ ਬਹੂ, ਰਾਮਕਲੀ ਯਾ ਰੈਜਲੀ, ਰਾਮਪਾਲ ਕੀ ਬਹੂ, ਇੱਕ ਮੁਕੇਸ਼ ਕਾਲਾ ਕੀ ਬਹੂ। ਹਾਂ, ਡੰਡਿਆਂ ਗੱਲਾਂ, ਗੰਡਾਸੀ ਵੀ ਲੈ ਰਹੇ ਥੇ, ਕੁਹਾੜਾ ਵੀ ਲੈ ਰਹੇ ਥੇ, ਸਭ ਕੁਛ ਲੈ ਰਹੇ ਥੇ, ਸਾਰੇ ਹਥਿਆਰ ਬਟਲੇ ਕਰਕੇ ਥੇ ਉਨਤੀ। ਹੂੰ, ਸਭ ਗੱਲਾਂ ਮੈਂ ਰਿਹਾ। ਉਮਰ 35 ਸਾਲ, ਮੇਰਾ ਜ਼ੋਰ ਲੱਗ ਗਿਆ ਜੀ, ਪਿਛਰਾ ਕਾ ਬੇਟਾ। ਕੀ ਗੱਲਬਾਤ ਹੋਈ ਸੀ ਜਿਹੜਾ ਇਹਨੂੰ ਮਾਰਿਆ? ਇਹਨੇ ਲੜਕੀ ਕਾ ਇਲਜ਼ਾਮ ਲਾਇਆ। ਕਿਸ ਚੀਜ਼ ਕਾ ਇਲਜ਼ਾਮ ਲਾਇਆ ਲੜਕੀ ਦਾ? ਲੜਕੀ ਕਾ ਵੀ ਇਸ਼ਕਾ ਲੈ ਬੁਰਾ ਉਹ ਕਰਿਆ। ਲੜਕੀ ਕਿੰਨੀ ਕੁ ਉਮਰ ਦੀ ਸੀ ਜਿਹਨੂੰ? ਹੋ ਗਈ 12 ਸਾਲ ਕੇ। ਅੱਛਾ ਜੀ, ਤੁਸੀਂ ਮੌਕੇ ਤੇ ਸੀ ਜਦੋਂ ਇਹ ਮਾਰ ਕੁੱਟ ਹੋਈ ਹੈ? ਨਹੀਂ ਜੀ, ਮੈਂ ਬਾਅਦ ਮਾ ਆਈ। ਅੱਛਾ ਜੀ, ਬੁਲਾਇਆ ਫੋਨ ਕਰਕੇ। ਕਿੰਨੇ ਜਣੇ ਸੀ ਇਹਦੇ ਕੁੱਟ ਮਾਰ ਕਰਦੇ? 5 ਜਣੇ। ਇਹਦੇ ਬੱਚੇ ਕਿੰਨੇ ਨੇ? ਬਨਾਰਸੀ ਪਿੰਡ ਵਿਚ ਇੱਕ ਲੜਾਈ ਝਗੜਾ ਹੋ ਗਿਆ, ਜਿਸ ਵਿਚ ਨਿਤੇਸ਼ ਕੁਮਾਰ ਸਾਨੂੰ ਸ਼੍ਰੀ ਚੰਦ ਦੀ ਡੈਥ ਹੋ ਗਈ ਹੈ। ਜੋ ਅਸੀਂ ਇੱਥੇ ਮੌਕਾ ਪਰ ਪਹੁੰਚ ਕੇ ਚੈੱਕ ਕੀਤਾ ਤਾਂ ਧਨਰਾਜ ਜਿਹੜਾ ਉਹਨਾਂ ਦਾ ਬ੍ਰਦਰ ਹੈ ਨਰੇਸ਼ ਦਾ, ਉਹਨਾਂ ਨੇ ਸਾਨੂੰ ਸਟੇਟਮੈਂਟ ਲਿਖਵਾਈ ਹੈ, ਜਿਨ੍ਹਾਂ ਨੇ 8-10 ਬੰਦਿਆਂ ਦਾ ਨਾਮ ਲਿਖਵਾਇਆ, ਜਿਨ੍ਹਾਂ ਨੇ ਮਤਲਬ ਕਿ ਉਹਨਾਂ ਦੀ ਕੁੱਟਮਾਰ ਕਰਕੇ ਨਿਤੇਸ਼ ਕੁਮਾਰ ਦਾ ਕਤਲ ਕਰ ਦਿੱਤਾ, ਜਿਸ ਦੇ ਬਾਅਦ ਵਿੱਚ ਅਸੀਂ ਉਹਨਾਂ ਦੀ ਸਟੇਟਮੈਂਟ ਦੇ ਆਧਾਰ ਤੇ ਅਸੀਂ FIR ਦਰਜ ਕਰ ਦਿੱਤੀ ਹੈ 302 ਦੇ ਅਧੀਨ, ਤੇ ਅਸੀਂ ਅਗਲੀ ਕਾਰਵਾਈ ਜਿਹੜੀ ਹੈ ਆਰੰਭ ਕੀਤੀ ਹੋਈ ਹੈ। ਸਰ, ਜਿਵੇਂ ਕਿ ਇੱਕ ਲੜਾਈ ਝਗੜੇ ਲੈ ਕੇ ਕਤਲ ਹੋ ਜਾਣਾ, ਕੀ ਮੁੱਖ ਕਾਰਨ ਨੇ ਇਹਦੇ ਵਿੱਚ? ਇਹਦੇ ਵਿੱਚ ਅਸੀਂ ਤਫਤੀਸ਼ ਕਰ ਰਹੇ ਹਾਂ ਜੀ, ਹਜੇ ਤੱਕ ਕੋਈ ਵਜ੍ਹਾ ਰੰਜਿਸ਼ ਸਾਹਮਣੇ ਇਹਨਾਂ ਵੱਲੋਂ ਵੀ ਨਹੀਂ ਦੱਸੀ ਗਈ। ਵਜ੍ਹਾ ਰੰਜਿਸ਼ ਹੈ ਜਿਹੜੀ, ਅਸੀਂ ਇਹਦੀ ਤਫਤੀਸ਼ ਦੌਰਾਨ ਤਫਤੀਸ਼ ਦੇਖਦੇ ਹਾਂ ਕਿ ਵਜ੍ਹਾ ਰੰਜਿਸ਼ ਹੈਗੀ। ਕੀ ਦੋਸ਼ੀਆਂ ਦੀ ਹੁਣ ਤੱਕ ਕੋਈ ਗ੍ਰਿਫਤਾਰੀਆਂ ਹੋਈਆਂ ਨੇ? ਹਾਂਜੀ, ਅਸੀਂ ਮਤਲਬ ਰਾਊਂਡ ਅਪ ਕਰ ਰਹੇ ਹਾਂ ਜੀ, ਤੇ ਬਾਕੀ ਜਿਹੜੇ ਤੁਹਾਨੂੰ ਵੇਰਵੇ ਬਾਕੀ ਜਲਦ ਦੇਵਾਂਗੇ। ਸਰ, ਕਿੰਨੇ ਕੁ ਬੰਦਿਆਂ ਨੇ ਇਹਨਾਂ ਨੇ ਨਾਮ ਦਰਜ ਕਰਾਏ ਨੇ? ਕਿੰਨੇ ਕੁ ਬੰਦੇ? 10 ਬੰਦਿਆਂ ਦਾ ਨਾਮ ਦਰਜ ਕੀਤਾ ਜੀ। ਰਾਊਂਡ ਅਪ ਕਿੰਨੇ ਹੋ ਗਏ ਸਰ? ਉਹ ਹਜੇ ਤੁਹਾਨੂੰ ਦੱਸ ਦਾਂਗੇ।